ਲਓ ਜੀ, ਇਸ ਤੋਂ ਬਾਅਦ ਫਿਰ ਇੱਕ ਤੁਹਾਨੂੰ ਸੋਲਰ ਪੈਨਲ ਦਿਖਾਉਣੇ ਆ। ਆਹ ਪਿਆ ਜੀ ਸੋਲਰ ਪੈਨਲ, ਜਿਵੇਂ ਇੱਕ ਪੇਪਰ ਹੁੰਦਾ, ਕਾਗਜ਼ ਹੁੰਦਾ, ਉਸ ਤਰ੍ਹਾਂ ਜਿਵੇਂ ਮੈਟ ਆਪਾਂ ਪਸ਼ੂਆਂ ਦੇ ਥੱਲੇ ਵਿਛਾਉਂਦੇ, ਸੇਮ ਉਸੇ ਤਰ੍ਹਾਂ ਹੀ ਆ। ਪਰ ਹੈ ਇਹ ਸੋਲਰ ਪੈਨਲ 330 ਵਾਟ ਦਾ, 330 ਵਾਟ। ਇਹਨੂੰ ਆਹ ਦੇਖੋ ਜੀ, ਤੁਸੀਂ ਫਲੈਕਸੀਬਲ ਵੀ ਕਰ ਸਕਦੇ ਹੋ ਜੀ। ਆਹ ਦੇਖੋ, ਇਸ ਤਰ੍ਹਾਂ ਵੀ ਤੁਸੀਂ ਲਗਾ ਸਕਦੇ ਹੋ, ਜਿੱਥੇ ਵੀ ਤੁਹਾਡੀ ਜਗ੍ਹਾ ਨਹੀਂ ਗਈ ਉੱਥੇ ਤੁਸੀਂ ਇਹਨੂੰ ਲਗਾ ਸਕਦੇ ਹੋ ਜੀ। ਆਉਟਪੁੱਟ ਵੀ ਵਧੀਆ ਇਹਦੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਜੀ। ਅਤੇ ਇਸੇ ਤਰ੍ਹਾਂ ਇੱਧਰ ਲਾਈਟ ਆ ਗਈ, ਨਾਲ ਦੀ ਨਾਲ ਹੀ ਇਹਨਾਂ ਦੇ ਇੱਥੇ ਸੋਲਰ ਵਾਟਰ, ਇਹ ਆ ਗਏ ਜੀ ਹੀਟਰ, ਠੀਕ ਹੈ ਜੀ। ਅਤੇ 3 ਨੰਬਰ ਹਾਲ ਦੇ ਵਿੱਚ ਆਪਾਂ ਨੂੰ ਕੀ ਕੁਛ ਵੇਖਣ ਨੂੰ ਮਿਲੂਗਾ, ਆਜੋ ਦੇਖਦੇ ਹਾਂ ਨਾ। ਸਭ ਤੋਂ ਪਹਿਲਾਂ ਸਾਹਮਣੇ ਇੱਕ ਫੋਨੈਕਸ ਕਨੈਕਟ, ਯਾਨੀ ਕਿ ਜਿਹੜੇ ਅੱਜ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰਿਕ ਵਹੀਕਲ ਆ ਉਹਨੂੰ ਚਾਰਜ ਕਰਨ ਦੇ ਲਈ ਜੋ ਕਨੈਕਟਰ ਵਗੈਰਾ ਜਾਂ ਸਪਲਾਈਆਂ ਹੋਣਗੀਆਂ ਉਹ ਇੱਥੇ ਲੱਗੀਆਂ ਹੋਈਆਂ। ਇਸ ਸਾਈਡ 'ਤੇ ਜਿਹੜੇ ਕਨੈਕਟਰ ਹੁੰਦੇ ਆ ਜੋੜਨ ਦੇ ਲਈ ਸੋਲਰ ਪੈਨਲ, ਉਹ ਆਪੋ ਆਪਣੇ ਲੈ ਕੇ ਆਏ। ਦੇਖੋ ਇਹਦੇ ਵਿੱਚ ਵੀ ਕਿੰਨੀ ਜ਼ਿਆਦਾ ਸੋਧ ਹੋ ਰਹੀ ਆ, ਜਿਵੇਂ ਕਿ ਮੌਸਮ ਦੇ ਹਿਸਾਬ ਦੇ ਨਾਲ ਹੈ ਨਾ ਅਲੱਗ ਅਲੱਗ ਸੋਲਰ ਪੈਨਲ, ਜਿਵੇਂ ਗਰਮੀ 'ਚ, ਬਰਫ਼ ਦੇ ਵਿੱਚ, ਮੀਂਹ ਦੇ ਵਿੱਚ। ਇਹਦੇ ਲਈ ਸਭ ਤੋਂ ਜੋ ਮੇਨ ਰੋਲ ਕਨੈਕਟਰ ਹੀ ਨਿਭਾਉਂਦਾ, ਕਿਉਂਕਿ ਕਾਫੀ ਜਿਹੜੇ ਪੈਨਲ ਆ ਉਹ ਸੀਰੀਜ਼ ਵਿੱਚ ਲੱਗੇ ਹੁੰਦੇ ਆ, ਜਿਹਦੇ ਕਰਕੇ ਜਿਹਦੇ ਅੰਦਰ ਮਿੱਟੀ ਘੱਟ ਪਾਣੀ ਜਾਊਗਾ ਹੈ ਨਾ, ਅਤੇ ਉੱਥੋਂ ਉਹ ਕਰੰਟ ਛੱਡ ਸਕਦਾ ਜੀ। ਅਤੇ ਇਹ ਨਵੀਂ ਤੋਂ ਨਵੀਂ ਟੈਕਨੋਲੋਜੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਆ ਰਹੀ ਹੈ ਜੀ। ਲਓ ਜੀ, ਮੈਂ ਸੈਂਟਰ ਦੇ ਵਿੱਚ ਖੜ੍ਹ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਿਹਾ, ਤੁਸੀਂ ਇਕੱਠ ਤੋਂ ਅੰਦਾਜ਼ਾ ਲਗਾ ਰਹੇ ਹੋ ਕਿ ਇਹ ਕਿੱਡਾ ਵੱਡਾ ਐਗਜੀਬਿਸ਼ਨ ਹੋਊਗਾ। ਹਰ ਸਾਲ ਇਹ ਐਗਜੀਬਿਸ਼ਨ ਲੱਗਦਾ ਜੀ ਨੋਇਡਾ ਦੇ ਵਿੱਚ, ਅਤੇ ਤੁਸੀਂ ਵੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈਗਾ ਜੀ, ਕਿਉਂਕਿ ਜ਼ਿਆਦਾਤਰ ਇੱਥੇ ਕਾਰੋਬਾਰ ਕਰਨ ਵਾਲੇ ਸੋਲਰ ਦਾ ਉਹ ਵੀ ਆਉਂਦੇ ਆ, ਨਵੀਂ ਤੋਂ ਨਵੀਂ ਟੈਕਨੋਲੋਜੀ ਲੈਣ, ਅਤੇ ਇੱਥੇ ਆ ਕੇ ਕਾਫੀ ਚੀਜ਼ਾਂ ਦਾ ਪਤਾ ਵੀ ਲੱਗਦਾ ਜੀ। ਜੀ ਇਸੇ ਤਰ੍ਹਾਂ ਜਿਵੇਂ ਘਰ ਦੀ ਸੁਰੱਖਿਆ ਦੇ ਲਈ, ਅਸਮਾਨੀ ਬਿਜਲੀ ਤੋਂ ਬਚਾਅ ਦੇ ਲਈ ਐਲੇ ਤੁਸੀਂ ਵੇਖ ਸਕਦੇ ਹੋ ਵੱਖ ਵੱਖ ਤਰ੍ਹਾਂ ਦੇ ਹੈਗੇ ਆ। ਇਹਨਾਂ ਦੀ ਅਲੱਗ ਅਲੱਗ ਰੇਂਜ ਹੁੰਦੀ ਆ, ਕੋਈ ਕਿੰਨੇ ਮੀਟਰ ਦਾ, ਕੋਈ ਕਿੰਨੇ ਮੀਟਰ ਦਾ, ਅਤੇ ਉਸੇ ਹਿਸਾਬ ਦੇ ਨਾਲ ਹੀ ਇਹਨਾਂ ਦੀ ਜੋ ਕੀਮਤ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਨੋਰਮਲ ਆਪਾਂ ਘਰਾਂ ਦੇ ਵਿੱਚ ਲਗਾਉਂਦੇ ਉਦੋਂ ਆਹ ਐਲੇ ਲਗਾਉਂਦੇ ਆ, ਜਿੱਥੇ ਵੱਡਾ ਪ੍ਰੋਜੈਕਟ ਲਗਾਵੇ ਉੱਥੇ ਫਿਰ ਆਪਾਂ ਇਹ ਵਾਲੇ ਐਲੇ ਲਗਾਉਂਦੇ ਆ ਜੀ। ਇਹ ਉੱਪਰ ਆਪਣਾ ਜੋ ਛੱਤ ਦੇ ਆ, ਕੋਠੀ ਅਤੇ ਟੌਪ 'ਤੇ ਇਹ ਲਗਾਉਂਦੇ ਆ ਜੀ। ਇਸੇ ਤਰ੍ਹਾਂ ਹੀ ਇਹ ਪੂਰਾ ਜਿਵੇਂ ਕਿ ਕੈਮੀਕਲ ਅਰਥ ਜਿਹੜਾ ਅੱਜ ਕੱਲ੍ਹ ਜ਼ਿਆਦਾ ਚੱਲਦਾ ਔਰ ਬਹੁਤ ਵਧੀਆ ਕਾਮਯਾਬ ਆ ਜੀ, ਇਹ ਅਰਥ ਵਾਲਿਆਂ ਨੇ ਇੱਥੇ ਆਪਦੇ ਜੋ ਸਿਲੰਡਰ ਵਗੈਰਾ ਜਾਂ ਰੋਡਾਂ ਜੋ ਵੀ ਆ ਧਰਤੀ ਦੇ ਵਿੱਚ ਗੱਡਦੇ ਆ, ਅਲੱਗ ਅਲੱਗ ਤਰ੍ਹਾਂ ਦੀਆਂ, ਜਿਵੇਂ ਸਿਲੰਡਰ ਹੋ ਗਏ, ਇਹ ਰੋਡ ਹੋ ਗਈ, ਯਾਨੀ ਕਿ ਇਹਨੂੰ ਪੋਲਿਸ਼ ਕੀਤਾ ਜਾਂਦਾ ਤਾਂਬੇ ਦਾ, ਅਤੇ ਤਾਂਬੇ ਦੀ ਵੀ ਹੁੰਦੀ ਆ ਜੀ। ਇਹ ਸਾਰਾ ਕੁਛ ਇੱਥੇ ਇਸ ਤਰ੍ਹਾਂ ਵੇਖਣ ਨੂੰ ਆਪਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਨਵੀਂ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਦੋਂ ਪਲੇਟਾਂ ਆਪਣੀਆਂ ਗੰਦੀਆਂ ਹੋ ਜਾਂਦੀਆਂ ਤਾਂ ਉਹਨੂੰ ਸਾਫ਼ ਕਰਨ ਦੇ ਲਈ ਇਹ ਵਾਲਾ ਪ੍ਰੋਜੈਕਟ ਆ ਜੀ। ਦੇਖੋ ਤੁਸੀਂ ਨਾਲ ਦੀ ਨਾਲ ਇਹਦੇ ਪਾਣੀ ਚੱਲਦਾ, ਚਲੋ ਇੱਥੇ ਤਾਂ ਕਿਉਂਕਿ ਡੈਮੋ ਆ ਤਾਂ ਕਰਕੇ ਨਹੀਂ ਦਿਖਾਇਆ, ਅਤੇ ਇਹ ਤੁਸੀਂ ਵੇਖ ਰਹੇ ਹੋ ਜੀ ਆਪਣੇ ਆਪ ਹੀ ਜੋ ਪਲੇਟਾਂ ਇਹ ਸਾਫ਼ ਕਰਦਾ ਜਾਂਦਾ। ਇਹ ਵੀ ਆਉਣ ਵਾਲੇ ਭਵਿੱਖ ਦੀਆਂ ਚੀਜ਼ਾਂ ਜੀ, ਹਾਲਾਂਕਿ ਵੈਸੇ ਇਹ ਕੰਮ ਕਾਫੀ ਕੋਸਟਲੀ ਆ, ਕਾਫੀ ਮਹਿੰਗਾ ਹੋਊਗਾ, ਲੇਕਿਨ ਜੇ ਆਪਾਂ ਗੱਲ ਕਰਦੇ ਹਾਂ ਜਿੱਥੇ ਵੱਡੇ ਪ੍ਰੋਜੈਕਟ ਆ ਉੱਥੇ ਲੇਬਰ ਤੋਂ ਬਚਤ ਦੇ ਲਈ ਇਹ ਚੀਜ਼ਾਂ ਲੱਗਣਗੀਆਂ। ਬਾਕੀ ਇਹਦਾ ਸਟਰਕਚਰ ਵੀ ਵਧੀਆ ਲੱਗਾ ਹੋਣਾ ਚਾਹੀਦਾ ਹੈ ਨਾ, ਇਹ ਚੀਜ਼ਾਂ ਵੀ ਇੱਥੇ ਡਿਪੈਂਡ ਕਰਦੀਆਂ ਜੀ। ਹਾਂ, ਲੌਂਗੀ ਦੀ, ਅਤੇ ਲੌਂਗੀ ਵੀ ਵਧੀਆ ਵਧੀਆ ਬ੍ਰਾਂਡ ਦੇ ਵਿੱਚ ਆਉਂਦਾ ਜੀ, ਲੌਂਗੀ ਦੇ ਸੋਲਰ ਵੀ, ਅਤੇ ਇਹਦੇ ਵੀ ਕਾਫੀ ਅਲੱਗ ਅਲੱਗ ਵਾਟ ਦੇ ਪੈਨਲ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜੀ। ਜਿਵੇਂ ਕਿ ਕਿਸੇ ਵੀ ਸੋਲਰ ਪੈਨਲ ਦੇ ਵਿੱਚ ਇਹ ਵਾਲੇ ਬੱਸ ਬਾਰ ਹੁੰਦੇ ਆ, ਲਾਈਨਾਂ ਬਣੀਆਂ ਹੁੰਦੀਆਂ,
ਉਹ ਜਿਹੜਾ ਉਹਦੇ ਅੰਦਰ ਹੁੰਦਾ ਲੱਗਾ ਹੁੰਦਾ ਉਹ ਮਟੀਰੀਅਲ ਤੁਹਾਨੂੰ ਦਿਖਾਉਣ ਲੱਗਿਆ ਜੀ। ਇਹ ਵਾਲੀ ਜਿਹੜੀ ਤੁਸੀਂ ਤਾਰ ਵੇਖ ਰਹੇ ਹੋ ਕੋਪਰ ਦੀ ਆ, ਤਾਂਬੇ ਦੀ, ਇਹਦੇ ਉੱਪਰ ਨਾ ਸੋਲਡਰ ਕੀਤਾ ਹੋਇਆ, ਜਿਹੜਾ ਆਪਾਂ ਸੋਲਡਰ ਕਰਦੇ ਹੁੰਦੇ ਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਿਨ ਅਤੇ ਲੈਡ, ਹੈ ਨਾ, ਉਹ ਚੀਜ਼ ਆ। ਇਸੇ ਤਰ੍ਹਾਂ ਇਹ ਵਾਲਾ ਬੱਸ ਬਾਰ ਆ ਗਏ, ਆਹ ਦੇਖੋ ਤੁਸੀਂ ਪੱਤੀ ਮੋਟੀ ਜਿਹੜੀ ਹੈਗੀ ਆ ਵੇਖ ਸਕਦੇ ਹੋ, ਜਿਹੜੀ ਇੱਥੇ ਲੱਗੀ ਹੁੰਦੀ ਆ ਉੱਪਰ ਲੱਗੀ ਹੋਈ ਹੈ। ਹਾਂ, ਅਲੱਗ ਅਲੱਗ ਸਾਈਜ਼ ਦੇ ਨਾਲ ਅਲੱਗ ਅਲੱਗ ਹੁੰਦੀ ਹੈ, ਯਾਨੀ ਕਿ ਇਹ ਚੀਜ਼ ਇਹਦੇ ਅੰਦਰ ਲੱਗੀ ਹੁੰਦੀ ਹੈ। ਠੀਕ ਹੈ ਜੀ।